ਸਤਿ ਸ਼੍ਰੀ ਅਕਾਲ ਜੀ, ਮੈਂ ਗਗਨ। ਅੱਜ ਇੱਕ ਛੋਟੀ ਜਿਹੀ ਵੀਡੀਓ ਬਣਾ ਰਿਹਾ, ਇਨਫੋਰਮੇਸ਼ਨ ਵਾਲੀ ਵੀਡੀਓ ਆ, ਇੱਕ ਗੁੱਡ ਨਿਊਜ਼ ਆ ਇੰਟਰਨੈਸ਼ਨਲ ਸਟੂਡੈਂਟਸ ਲਈ। ਮੈਂ ਹੁਣੀ ਹੁਣੀ ਕੈਨੇਡਾ ਦੀ ਵੈਬਸਾਈਟ ਚੈੱਕ ਕਰ ਰਿਹਾ ਸੀ, ਇਮੀਗ੍ਰੇਸ਼ਨ ਦੀ ਵੈਬਸਾਈਟ, ਅਤੇ ਇੱਕ ਨਿਊਜ਼ ਪੋਸਟ ਕੀਤੀ ਉਹਨਾਂ ਨੇ। ਮੈਂ ਸੋਚਿਆ ਚਲੋ ਸ਼ੇਅਰ ਕਰ ਦਈਏ, ਛੋਟੀ ਜਿਹੀ ਵੀਡੀਓ ਬਣਾ ਦਈਏ। ਜੇ ਤੁਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹੋ ਐਜ਼ ਆ ਇੰਟਰਨੈਸ਼ਨਲ ਸਟੂਡੈਂਟ, ਜਾਂ ਫਿਰ ਕੈਨੇਡਾ ਦੇ ਵਿੱਚ ਆਉਣਾ ਤੁਸੀਂ ਸਟੱਡੀ ਵੀਜ਼ੇ 'ਤੇ, ਤਾਂ ਇਹ ਵੀਡੀਓ ਨੂੰ ਜ਼ਰੂਰ ਦੇਖਿਓ ਅਤੇ ਸ਼ੇਅਰ ਜ਼ਰੂਰ ਕਰ ਦਿਓ। ਗੁੱਡ ਨਿਊਜ਼ ਇਹ ਆ ਵੀ ਪਹਿਲਾਂ ਤੁਸੀਂ ਕੈਨੇਡਾ ਦੇ ਵਿੱਚ ਜਦੋਂ ਆਪਦੀ ਸਟੱਡੀ ਕੰਪਲੀਟ ਕਰ ਲੈਂਦੇ ਸੀ, ਪੋਸਟ ਸਟੱਡੀ ਵਰਕ ਪਰਮਿਟ ਲਈ ਅਪਲਾਈ ਕਰਦੇ ਸੀ, ਤਾਂ ਤੁਸੀਂ ਉਹਨਾਂ ਟਾਈਮ ਕੰਮ ਨਹੀਂ ਕਰ ਸਕਦੇ ਸੀ ਉੱਥੇ। ਬਟ ਹੁਣ ਉਹਨਾਂ ਨੇ ਨਵਾਂ ਇਹ ਰੂਲ ਅਪਡੇਟ ਕੀਤਾ, ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਹੈ ਨਾ, ਵੀ ਪ੍ਰੋਗਰਾਮ ਆਫ ਸਟੱਡੀ ਅਲਾਊਡ ਟੂ ਵਰਕ ਵੀਲ ਦੇ ਆਰ ਵੇਟਿੰਗ ਫੋਰ ਦੇਅਰ ਡਿਸੀਜ਼ਨ, ਵੀ ਜਿੰਨਾ ਟਾਈਮ ਤੁਸੀਂ ਆਪਦੇ ਡਿਸੀਜ਼ਨ ਦੀ ਵੇਟ ਕਰ ਰਹੇ ਹੋ ਵਰਕ ਪਰਮਿਟ ਦੇ ਲਈ, ਉਹਨਾਂ ਟਾਈਮ ਤੁਸੀਂ ਫੁੱਲ ਟਾਈਮ ਵਰਕ ਕਰ ਸਕਦੇ ਹਾਂ। ਦੇਖੋ, ਐਲੀਜੀਬਲ ਟੂ ਵਰਕ ਫੁੱਲ ਟਾਈਮ ਵਿਦਆਊਟ ਆ ਵਰਕ ਪਰਮਿਟ, ਵੀ ਤੁਹਾਡੇ ਕੋਲ ਵਰਕ ਪਰਮਿਟ ਨਹੀਂ ਹੈਗਾ ਤਾਂ ਵੀ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਜੋ ਤੁਸੀਂ ਆਪਦੇ ਡਿਸੀਜ਼ਨ ਦੀ ਵੇਟ ਕਰ ਰਹੇ ਹੁੰਦੇ ਹੋ, ਐਲੀਜੀਬਲ ਟੂ ਵਰਕ ਈਵਨ ਆਫਟਰ। ਦੂਜੀ ਗੁੱਡ ਨਿਊਜ਼ ਇਹ ਆ ਵੀ ਜਿੰਨਾ ਟਾਈਮ ਜੇ ਤੁਸੀਂ ਕੰਟਰੀ ਲੀਵ ਵੀ ਕਰਦੇ ਹੋ, ਉਹਨਾਂ ਟਾਈਮ ਤੁਸੀਂ ਅੱਗੇ ਇੰਡੀਆ ਨਹੀਂ ਜਾ ਸਕਦੇ ਸੀ ਜਿੰਨਾ ਟਾਈਮ ਤੁਸੀਂ ਵਰਕ ਪਰਮਿਟ ਦੀ ਵੇਟ ਕਰ ਰਹੇ ਹੁੰਦੇ ਸੀ, ਬਟ ਹੁਣ ਤੁਸੀਂ ਜਾ ਸਕਦੇ ਹੋ ਇੰਡੀਆ। ਇਹਨਾਂ ਨੇ ਆਹ ਮੈਂਸ਼ਨ ਵੀ ਕੀਤਾ ਵੀ ਗ੍ਰੈਜੂਏਸ਼ਨ ਔਰ ਐਪਲੀਕੇਸ਼ਨ ਰਿਸੀਵਡ ਜਿਹੜੀਆਂ 14 February 2019 ਤੋਂ ਬਾਅਦ ਰਿਸੀਵ ਕੀਤੀਆਂ ਸਾਰੀਆਂ 'ਤੇ ਰੂਲ ਲਾਗੂ ਹੋਵੇਗਾ। ਤੁਸੀਂ ਫੁੱਲ ਟਾਈਮ ਕੰਮ ਵੀ ਕਰ ਸਕਦੇ ਹੋ ਉਹਨਾਂ ਟਾਈਮ ਜਿੰਨਾ ਟਾਈਮ ਤੁਹਾਡਾ ਡਿਸੀਜਨ ਨਹੀਂ ਆਉਂਦਾ, ਅਤੇ ਤੁਸੀਂ ਇੰਡੀਆ ਵੀ ਜਾ ਸਕਦੇ ਹੋ ਅਤੇ ਵਾਪਸ ਵੀ ਆ ਸਕਦੇ ਹੋ ਆਰਾਮ ਦੇ ਨਾਲ ਵਿਦਆਊਟ ER। ਹੁਣ ਜਿੰਨਾ ਟਾਈਮ ਤੁਸੀਂ ਆਪਣੇ ਡਿਸੀਜਨ ਦੀ ਵੇਟ ਕਰ ਰਹੇ ਹੁੰਦੇ ਹੋ, ਐਟਲੀਸਟ ਇਹਨੂੰ 2 ਜਾਂ 3 ਮਹੀਨੇ ਲੱਗ ਹੀ ਜਾਂਦੇ, 3 ਮਹੀਨੇ ਮਿਨੀਮਮ ਹੁੰਦਾ, 3 ਮਹੀਨੇ ਲੱਗ ਹੀ ਜਾਂਦੇ ਆ, ਉਹਨਾਂ ਟਾਈਮ ਤੁਸੀਂ ਫੁੱਲ ਟਾਈਮ ਕੰਮ ਵੀ ਕਰ ਸਕਦੇ ਹੋ ਜੇ ਤੁਸੀਂ ਇੰਡੀਆ ਜਾਣਾ ਜਾ ਵੀ ਸਕਦੇ ਹੋ ਅਤੇ ਵਾਪਸ ਆ ਸਕਦੇ ਹੋ ਆਪਦੇ ਉਸੇ ਵੀਜ਼ੇ 'ਤੇ। ਬਟ ਪਹਿਲਾਂ ਇੱਦਾਂ ਨਹੀਂ ਹੁੰਦਾ ਸੀ, ਨਾ ਹੀ ਤਾਂ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਸੀ, ਨਾ ਹੀ ਇੰਡੀਆ ਜਾ ਸਕਦੇ ਸੀ, ਬਟ ਹੁਣ ਤੁਸੀਂ ਜਾ ਸਕਦੇ। ਬਾਕੀ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਾਰੇ। ਜੇ ਕਿਸੇ ਨੇ ਕੋਈ ਕੁਐਸਚਨ ਪੁੱਛਣਾ ਤਾਂ ਕਮੈਂਟ ਦੇ ਵਿੱਚ ਪੁੱਛ ਸਕਦਾ, ਜਾਂ ਕਿਸੇ ਵੀ ਟੋਪਿਕ ਦੇ ਰਿਲੇਟਡ ਤੁਸੀਂ ਕੋਈ ਵੀ ਤੁਹਾਡੀ ਕੁਐਰੀਜ਼ ਆ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ, ਅਤੇ ਬਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ।